ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਅੱਜ ਦੀ ਵੀਡੀਓ ਸਪੈਸ਼ਲੀ ਨਾ ਸਪੀਕਿੰਗ ਬਾਰੇ ਆ ਮੈਨੂੰ ਨਾ ਅਕਸਰ ਹੀ ਸਟੂਡੈਂਟਸ ਕਿਉਂ ਜਿਹੜੀਆਂ ਮੇਰੇ ਵੀਡੀਓਜ਼ ਹੁੰਦੀਆਂ ਨੇ ਨੀਚੇ ਕਮੈਂਟ ਕਰਕੇ ਜਾਂ ਮੈਨੂੰ ਪਰਸਨਲੀ ਮੈਸੇਜ ਕਰਕੇ ਮੈਨੂੰ ਅਕਸਰ ਪਹੁੰਚਦਾ ਸਪੀਕਿੰਗ ਦੀ ਨਾ ਬਹੁਤ ਵੱਡੀ ਪ੍ਰੋਬਲਮ ਆ ਸਪੀਕਿੰਗ ਨੂੰ ਇੰਪਰੂਵ ਕਿਵੇਂ ਕੀਤਾ ਜਾਵੇ ਸੋ ਇਸ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਉਸ ਕੁਝ ਉਹ ਫਰਸਟ ਆਫ ਆਲ ਦਾ ਪ੍ਰੋਬਲਮ ਡਿਸਕਸ ਕਰਾਂਗੇ ਵੀ ਕਿਹੜੀ ਕਿਹੜੀ ਪ੍ਰੋਬਲਮਸ ਆਉਂਦੀਆਂ ਨੇ ਤੇ ਸੈਕੰਡ ਫਿਰ ਆਪਾਂ ਵੇਸ ਡਿਸਕਸ ਕਰਾਂਗੇ ਵੀ ਉਹਨਾਂ ਨੂੰ ਕਿਵੇਂ ਆਪਾਂ ਇ ਥੋੜੀ ਹੀ ਹੋ ਸਕਦਾ ਵੀਡੀਓ ਲੈਂਥੀ ਹੋ ਜਵੇ ਸੋ ਤੁਸੀਂ ਅੰਤ ਤੱਕ ਜਰੂਰ ਦੇਖਣਾ ਤੇ 나ਦੀਬ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਨਾ ਹੋ ਸਕਦਾ ਵੀਡੀਓ ਨੂੰ ਥੋੜੀ ਫਾਸਟ ਕਰਕੇ ਦੇ ਲਓ ਥੋੜਾ ਜਲਦੀ ਹੋ ਜਾਊਗਾ ਜੇ ਜਿਆਦਾ ਲੈਂਥੀ ਹੁੰਦੀ ਹੋਈ ਤਾਂ ਫਿਰ ਮੈਂ ਦੋ ਪਾਰਟ ਬਣਾ ਦਊਗਾ ਸੋ ਇਜ਼ੀ ਹੋ ਜਾਊਗਾ ਸੋ ਆਈਡੀ ਫਸਟ ਆਫ ਆਲ ਪ੍ਰੋਬਲਮ ਆਈਡੀ ਮੇਰੇ ਐਕਸਪੀਰੀਅੰਸ ਹਸਾਬ ਨਾਲ ਕਿਉਂਕਿ ਮੇਰੇ ਫਸਟ ਟਾਈਮ 5.5 ਸੀਗੇ ਤੇ ਸੈਕੰਡ ਟਾਈਮ ਮੇਰੇ 7 ਸੀਗੇ ਸੋ ਮੈਂ ਉਹ ਕਿਹੜੀਆਂ ਚੀਜ਼ਾਂ ਦੇ ਵਰਕ ਕੀਤਾ ਵੀ ਕਿਹੜੀਆਂ ਚੀਜ਼ਾਂ ਮੈਨੂੰ ਲੱਗਦਾ ਸੀ ਵੀ ਮੇਰੀ ਇੱਥੇ ਵੀਕਨੈਸਸ ਆ ਜਿੰਨਾ ਕਰਕੇ ਜਾਂ ਸੋ ਜਿਹੜੀ ਫਸਟ ਆਫ ਆਲ ਪ੍ਰੋਬਲਮ ਨਾ ਆਪਾਂ ਗ੍ਰਾਮਰ ਆ ਤੁਸੀਂ ਅਕਸਰ ਗੱਲ ਦੇਖ ਲਿਓ ਮੋਸਟ ਇੰਸਟੀਟਿਊਟਸ ਕੀ ਹੁੰਦਾ ਵਾ ਵੀ ਜਿਹੜੀ ਗ੍ਰਾਮਰ ਆ ਉਹਨੂੰ ਨੇ ਇਗਨੋਰ ਕਰਦੇ ਆ ਟੀਚਰਸ ਵੀ ਤੇ ਸਟੂਡੈਂਟਸ ਵੀ ਕੀ ਆ ਵੀ ਗ੍ਰਾਮਰ ਤੇ ਇਹਨਾਂ ਫੋਕਸ ਹੀ ਨਹੀਂ ਕਰਦੇ ਕਿ ਉਹਨੂੰ ਲੱਗਦਾ ਵੀ ਇੰਪੋਰਟੈਂਟ ਨਹੀਂਗੀ ਬਟ ਇਹ ਥੋੜਾ ਭੁਲੇਖਾ ਵਾ ਸੀਰੀਅਸਲੀ ਗ੍ਰਾਮਰ ਇਹਨੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਜਿਹੜੀ ਤੁਹਾਡੀ ਗੱਲ ਆ ਉਹਨੂੰ ਉਹ ਕਿਸ ਵੇ ਨਾਲ ਕਹਿ ਰਹੇ ਹਾਂ ਵੀ ਉਸਨੂੰ ਮਤਲਬ ਵੀ ਕਿਵੇਂ ਐਗਜ਼ਾਮੀਨਰ ਸਮਝਦਾ ਉਹ ਸਿਰਫ ਗ੍ਰਾਮਰ ਦੇ ਬੇਸ ਤੇ ਆ ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੇਵਾਂ ਜਿ ਮੇਕੋ ਐਗਜ਼ਾਮਪਲਸ ਲਿਖੀਆਂ ਸਿਗੀਆਂ ਵੇ ਹੁਣ ਇੱਕ ਸਿਰਫ ਆਵਾਜ਼ ਕਰਕੇ ਆਪਣਾ ਕਿੰਨਾ ਡਿਫਰੈਂਸ ਆਉਂਦਾ ਵਾ ਵੀ ਆਪਾਂ ਸਟੂਡੈਂਟਸ ਕੀ ਕਰਦੇ ਆ ਵਿੱਚ ਜਿੱਥੇ ਨਹੀਂ ਬੋਲਣਾ ਉੱਥੇ ਆਵਾਜ਼ ਬੋਲੀ ਜਾਂਦੇ ਜਿੱਥੇ ਬੋਲਣਾ ਉੱਥੇ ਨਹੀਂ ਬੋਲਦੇਗੇ ਜਾਂ ਇਸੇ ਮਾਰ ਲਾਈ ਜਾਂਦੇ ਨੇ ਸੋ ਇੱਕ ਜਸਟ ਇੱਕ ਸਿੰਗਲ ਵਰਡ ਕਰਕੇ ਇੱਕ ਆਵਾਜ਼ ਕਰਕੇ ਕਿੰਨਾ ਫਰਕ ਆਉਂਦਾ ਫੋਰ ਐਗਜ਼ਾਮਪਲ ਵੀ ਤੁਸੀਂ ਸਪੋਜ਼ ਕਰੋ ਥੋੜੀ ਐਗਜ਼ਾਮਪਲ ਜੇ ਮੈਂ ਸਮਝਾਵਾਂ ਥੋੜੀ ਈਜ਼ੀ ਹੋ ਜਾਊਗਾ ਵੀ ਆਪਾਂ ਗੱਲ ਕਰਦੇ ਆ ਇੱਕ ਰੇਸ ਆ ਠੀਕ ਹੈ ਨਾ ਉਹਦੇ ਜਿਹੜੇ ਕਮੈਂਟੇਟਰ ਨੇ ਜਿਹੜੇ ਕਮੈਂਟਰੀ ਕਰਦੇ ਹੁੰਦੇ ਨੇ ਮਤਲਬ ਉੱਥੇ ਦੋ ਜਣ ਰੇ ਠੀਕ ਹੈ ਨਾ ਸੋੜੀ ਰੇਸ ਸੀਗੀ ਉਹਦੇ ਚ ਜਿਹੜਾ ਉਹਨੇ ਕਮੈਂਟ ਜਦੋਂ ਜਿਹੜੇ ਸਟਾਰਟ ਹੋਈ ਉਹ ਬੋਲਣ ਵਾਲ ਮਾਈਕ 'ਚ ਹੁੰਦੇ ਉਹਨਾਂ ਨੇ ਕਿਹਾ RAM SURPASSED SHAM ਹੁਣ ਸਰਪ੍ਰਾਜ਼ ਹੁੰਦਾ ਅੱਗੇ ਨਿਕਲਣਾ ਕਿਸੇ ਤੋਂ ਮਤਲਬ ਓਵਰਟੇਕ ਕਰਨਾ ਠੀਕ ਹੈ ਨਾ RAM SURPASSED SHAM ਇਹਦਾ ਮਤਲਬ ਕੀ ਆ ਵੀਰੇ RAM ਅੱਗੇ ਲੰਘਿਆ ਇਹ ਹੈਗਾ ਪਾਸਟ ਇਨਡੈਫਿਨਿਟ ٹینس ਐਕਟਿਵ ٹینس ਆ ਠੀਕ ਹੈ ਨਾ ਐਕਟਿਵ ਜਿਹੜੇ ਆਪਣੇ ਵਾਇਸ ਹੁੰਦੇ ਉਹਨਾਂ 'ਚ ਐਕਟਿਵ ਆ ਪਾਸਟ ਇਨਡੈਫਿਨਿਟ ਵੀ RAM SURPASSED SHAM ਠੀਕ ਹੈ ਵੀ RAM ਸ਼ਾਮ ਤੋਂ ਅੱਗੇ ਨਿਕਲ ਗਿਆ ਅਗਲੇ ਮੈਂਟਾ ਉਹ ਜਿਹੜਾ ਕਹਿੰਦਾ ਵਾ ਰਾਮ ਵਾਸ ਸਰਪ੍ਰਾਈਜ਼ਡ ਠੀਕ ਹੈ ਰਾਮ ਵਾਸ ਸਰਪ੍ਰਾਈਜ਼ਡ ਜਾਂ ਰਾਮ ਹੈਜ਼ ਬੀਨ ਸਰਪ੍ਰਾਈਜ਼ਡ ਮਤਲਬ ਮੋਸਟਲੀ ਉਹਨੇ ਕਿਹਾ ਵੀ ਰਾਮ ਵਾਸ ਸਰਪ੍ਰਾਈਜ਼ਡ ਇੱਥੇ ਇਹਦਾ ਮੀਨਿੰਗ ਇਹ ਹੈਗਾ ਪੈਸਿਵ ਵਾਇਸ ਪਾਸਟ ਇੰਡੀਫੀਨਿਟ ਹੈ ਹੈ ਬਟ ਪੈਸਿਵ ਚ ਵਾਸ ਲੱਗਾ ਵਾ ਹੁਣ ਸੋ ਇੱਚ ਕੀ ਡਿਫਰੈਂਸ ਆ ਵੀ ਰਾਮ ਨੂੰ ਸਰਪ੍ਰਾਈਜ਼ ਕਰ ਦਿੱਤਾ ਗਿਆ ਮੀਨਸ ਕੀ ਵੀ ਸ਼ਾਮ ਅੱਗੇ ਨਿਕਲ ਗਿਆ ਪਹਿਲਾਂ ਕਿ ਸੀ ਰਾਮ ਸਰਪ੍ਰਾਈਜ਼ਡ ਠੀਕ ਹੈ ਅਗਲਾ ਕਿ ਰਾਮ ਵਾਸ ਸਰਪ੍ਰਾਈਜ਼ਡ ਹੁਣ ਦੇਖੋ ਵੀ ਸਿਰਫ ਇੱਕ ਵਾਸ ਕਰਕੇ ਕਿੰਨਾ ਡਿਫਰੈਂਸ ਆ ਰਿਹਾ ਵਾ ਸੋ ਇਦਾਂ ਹੀ ਆ ਗ੍ਰਾਮਰ ਨੂੰ ਤੁਸੀਂ ਆਪਾਂ ਕੀ ਆ ਵੀ ਸੇਮ ਵਾਰ-ਵਾਰ ਲਾਈਨਾਂ ਬੋਲਦੇ ਹੋ ਸੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਿੰਦਾ డు ਲਾਈਕ ਟੂ ਰੀਡ ਅ ਬੁੱਕ ਤੁਸੀਂ ਵੀ ਮਤਲਬ ਇਹਦਾ ਆਨਸਰ ਐਗਜ਼ਾਮੀਨਰ ਨੂੰ ਸੇਮ ਹੀ ਕਹਿੰਦੇ ਯੈਸ ਆਈ ਲਾਈਕ ਟੂ ਰੀਡ ਬੁਕਸ ਕੋਈ ਨਵੀਂ ਵੈਰਾਈਟੀ ਨਹੀਂ ਕੋਈ ਉਹਦੇ ਚ ਕੋਈ ਨਵੀਂ ਐਕਸਟਰਾ ਲਾਈਨ ਨਹੀਂ ਸੋ ਇਹੜੀ ਇੱਕ ਚੀਜ਼ ਆਉਂਦੀ ਆ ਵੀ ਤੁਸੀਂ ਉਹਨੂੰ ਜ਼ੀਰੋ ਨੇ ਤੋਂ ਸ਼ੁਰੂ ਕਰੋ ਤੁਸੀਂ ਉਹਦਾ ਪੈਸਿਵ ਵਾਇਸ ਬਣਾਓ ਤੁਸੀਂ ਉਹਨੂੰ ਕੋਈ ਹੋਰ ਵਰਡ ਤੋਂ ਸ਼ੁਰੂ ਕਰੋ ਠੀਕ ਹੈ ਨਾ ਸੋ ਇਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਗ੍ਰਾਮਰ ਦੇ ਬੇਸ ਤੇ ਆਉਂਦੀਆਂ ਨੇ ਜਿੰਨੇ ਆਮ ਤੁਹਾਡੀ ਗ੍ਰਾਮਰ ਕਲੀਅਰ ਨਹੀਂ ਇਹ ਨਹੀਂ ਕਹਿੰਦੇ ਵੀ ਆਪਾਂ ਜਿਆਦਾ ਗ੍ਰਾਮਰ ਕਰਨੀ ਹੈ ਸਾਰੀ ਗ੍ਰਾਮਰ ਹੀ ਕਰੀ ਜਾਣੀ ਆ ਤੁਸੀਂ ਆਇਲਸ ਨੂੰ ਨਾਲ ਕਰੋ ਬਟ ਸਾਈਮਲਟੇਨियसली ਤੁਸੀਂ ਗ੍ਰਾਮਰ ਤੇ ਵੀ ਫੋਕਸ ਕਰੋ ਤੁਸੀਂ ਉਹ ਜੋ ਟੈਂਸ ਕਲੀਅਰ ਕਰੋ ਤੁਹਾਡੇ ਵਾਇਸ ਕਲੀਅਰ ਕਰੋ ਐਡਜੈਕਟਿਵ ਤੁਹਾਨੂੰ ਪਤਾ ਹੋਣਾ ਵੀ ਕੀ ਹੁੰਦੇ ਆ ਐਡਵਰਬਸ ਕੀ ਹੁੰਦੀਆਂ ਨੇ ਜਿਹੜੇ ਤੁਹਾਡੇ ਬੈਂਡ ਸਕੋਰ ਆ ਵੀ ਇੱਕ ਐਵਰੇਜ ਸਟੂਡੈਂਟ ਦੇ 6 ਆਉਂਦੇ ਨੇ ਬਟ ਜਦੋਂ ਉਹ ਉਹਨਾਂ ਨੂੰ ਉਹਨੂੰ ਵੈਰਾਈਟੀ ਆਉਂਦੀ ਆ ਵੀ ਉਹਦੇ ਕੋਲ ਗ੍ਰਾਮਰ ਤੇ ਵਧੀਆ ਕਮਾਂਡ ਹੁੰਦੀ 6 7 7+ ਵੀ ਰਾਮ ਨੇ इजीली ਆ ਜਾਂਦੇ ਨੇ ਠੀਕ ਹੈ ਸੋ ਗ੍ਰਾਮਰ ਨੂੰ ਫੋਕਸ ਇੰਪਰੂਵ ਕਰਨਾ ਵਾ ਤੁਸੀਂ ਉਹਨੂੰ ਸਟੈਪ ਬਾਈ ਸਟੈਪ ਕਰੋ ਇੱਕ ਟੈਂਸ ਉਹਨੂੰ ਫਾਰ ਇਗਜ਼ਾਮਪਲ ਹੁਣ ਮੈਂ ਆਪਾਂ ਤੇ ਵੇ ਬਾਰੇ ਗੱਲ ਕਰਦੇ ਮੈਨੂੰ ਇੰਪਰੂਵ ਕਿਵੇਂ ਕਰਨਾ ਵਾ ਸੋ ਜਿਹੜਾ ਫਸਟ ਆਫ ਆਲ ਕੀ ਆ ਵੀ ਤੁਸੀਂ ਆਪਣਾ ਇੱਕ ਟੈਂਸ ਨੂੰ ਚੱਕੋ ਠੀਕ ਹੈ ਨਾ ਡੇਲੀ ਇੱਕ ਟੈਂਸ ਪਿਕ ਕਰੋ ਡੇਲੀ ਵੀਕਲੀ ਤੁਸੀਂ ਵੀਕ ਤੇ ਚੱਲੋ ਠੀਕ ਹੈ ਨਾ ਆਪਣੇ ਕੋਲ ਕਾਫੀ ਟਾਈਮ ਹੁੰਦਾ ਬਹੁਤ ਸਟੂਡੈਂਟਸ ਕੋਲੇ ਜਿਆਦਾ ਟਾਈਮ ਫਸਟ ਆਫ ਆਲ ਤੁਸੀਂ ਕੀ ਕਰਨਾ ਵਾ ਵੀ ਆਪਣੇ ਇੱਕ ਟੈਂਸ ਚੱਕ ਲਿਆ ਫਾਰ ਇਗਜ਼ਾਮਪਲ ਆਪਾਂ ਪ੍ਰੈਜ਼ੈਂਟ ਇਨਡੈਫਿਨਿਟ ਕਰਨਾ ਵਾ ਸੋ ਉਹਦੇ ਤੁਸੀਂ ਵੇਸ ਨੂੰ ਸਿੱਖੋ ਵੀ ਉਹ ਪ੍ਰੈਜ਼ੈਂਟ ਡੈਫਿਨਿਟ ਟੈਂਸ ਨੂੰ ਯੂਜ਼ ਕਿੱਥੇ ਹੁੰਦਾ ਉਹ ਠੀਕ ਹੈ ਨਾ ਪੂਰਾ ਵੀਕ ਤੁਸੀਂ ਉਹ ਤੇ ਫੋਕਸ ਕਰੋ ਕੋਈ ਵੀ ਤੁਰੇ ਜਾਂਦੇ ਹੋ ਤੁਸੀਂ ਕੁਝ ਵੀ ਕਰਦੇ ਫਿਰਦੇ ਹੋ ਤਾਂ ਤੁਸੀਂ ਬਸ ਉਸ ਦੇ ਟੈਂਸ ਬਾਰੇ ਸੋਚੀ ਜਲੋ ਵੀ ਮੈਂ ਇੱਥੇ ਚੱਲ ਜਾਣਾ ਠੀਕ ਹੈ ਮੈਂ ਆਹ ਕਰਦਾ ਮੈਂ ਉਹ ਕਰਦਾ ਉਹ ਬੰਦਾ ਆ ਕਰਦਾ ਹਰ ਇੱਕ ਦੀ ਐਗਜ਼ਾਮਪਲ ਨੂੰ ਤੁਸੀਂ ਟਰਾਂਸਲੇਟ ਕਰੋ ਆਪਦੀ ਓਨ ਲੈਂਗੁਏਜ ਵਿੱਚ ਇਦਾਂ ਕਰਨਾ ਥੋੜੀ ਪ੍ਰੈਕਟਿਸ ਹੋਣੀ ਰੱਟੇ ਤਾਂ ਤੁਸੀਂ ਲਾ ਲਓ ਕ੍ਰੈਮ ਕਰ ਲਓਗੇ ਤੁਸੀਂ ਠੀਕ ਹੈ ਨਾ ਬਟ ਕੀ ਹੈ ਵੀ ਉਹਨੂੰ ਇੰਪਲੀਮੈਂਟ ਕਰਨਾ ਬਹੁਤ ਹਾਰਡ ਆ ਸੋ ਇੰਪਲੀਮੈਂਟ ਕਿਵੇਂ ਹੁੰਦਾ ਵੀ ਤੁਸੀਂ ਡੇਲੀ ਬੇਸਿਸ 'ਤੇ ਉਹਦੀ ਬਿਊਰੀ ਪ੍ਰੈਕਟਿਸ ਕਰੋ ਵੀ ਫੋਰ ਐਗਜ਼ਾਮਪਲ ਇੱਕ ਟੈਂਸ ਚੱਕ ਲੈ ਚਾਰ ਦਿਨ ਬਸ ਇੱਕੋ ਹੀ ਟੈਂਸ ਚ ਸੋ ਇਹ ਤਾਂ ਸੀਗੀ ਪਹਿਲੀ ਮਿਸਟੇਕ ਤੇ ਨਾਲ ਹੀ ਪਹਿਲਾ ਸੋਲੂਸ਼ਨ ਆ ਸੋ ਜਿਹੜੀ ਦੂਸਰੀ ਆ ਮੈਨੂੰ ਲੱਗਦਾ ਜਿਹੜੀ ਪ੍ਰੋਬਲਮ ਆ ਆਪਣੇ ਜਿਹਦੀ ਕਰਕੇ ਆਪਣੇ ਬੈਂਡ ਸਕੋਰ ਨਹੀਂ ਹੁੰਦੇ ਉਹ ਉਹ ਹੈਗਾ ਵਾ ਆਪਣੀ ਨੌਲੇਜ ਆਇਲਸ ਵੈਸੇ ਜਨਰਲ ਨੌਲੇਜ ਟੈਸਟ ਨਹੀਂ ਹੁੰਦਾਗਾ ਇਹ ਚ ਤੁਹਾਨੂੰ ਇਹ ਨਹੀਂ ਪਤਾ ਐਗਜ਼ਾਮੀਨਰਾਂ ਨੇ ਪੁੱਛਣਾ ਵੀ ਤੂੰ ਕੀ ਕਰਦਾ ਜਾਂ ਤੈਨੂੰ ਕੀ ਕੀ ਪਤਾ ਵਾ ਬਟ ਇਨ ਬਹੁਤ ਵਾ ਜਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਜਿਹੜੀ ਤੁਹਾਡੀ ਨੌਲੇਜ ਆ ਉਹ ਕਿਵੇਂ ਆ ਤੁਹਾਨੂੰ ਮੈਂ ਫਾਰ ਐਗਜ਼ਾਮਪਲ ਸਮਝਾਉਣਾ ਵੀ ਤੁਹਾਨੂੰ ਇੰਗਲਿਸ਼ ਆਉਂਦੀ ਆ ਗ੍ਰਾਮਰ ਆਉਂਦੀ ਆ ਸਭ ਕੁਝ ਓਕੇ ਆ ਬਟ ਤੁਸੀਂ ਕੋਈ ਵੀ ਲੈਂਗੁਏਜ ਆ ਤੁਸੀਂ ਉਹਦੇ ਬ ਹੁਣ ਫੋਰ ਐਗਜ਼ਾਮਪਲ ਬਹੁਤ ਸਾਰੇ ਐਗਜ਼ਾਮਪਲਸ ਨੇ ਮੈਂ ਤੁਹਾਨੂੰ ਕੋਈ ਦੱਸ ਦੇਣਾ ਟੌਪਿਕ ਗਾ ਫੋਰ ਐਗਜ਼ਾਮਪਲ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਆ ਮੈਂ ਤੁਹਾਨੂੰ ਕਹਿਦਾ ਮੈਂ ਵੀ ਟॉक अबाउट ਸਟਾਕ ਮਾਰਕੀਟ ਠੀਕ ਹੈ ਜੈ ਵਾਟ ਇਜ਼ ਸਟਾਕ ਮਾਰਕੀਟ ਫੋਰ ਐਗਜ਼ਾਮਪਲ ਸੋ ਤੁਸੀਂ ਉਹਦੇ ਬਾਰੇ ਇੱਕ ਲਾਈਨ ਤੋਂ ਬਾਅਦ ਬੋਲ ਹੀ ਨਹੀਂ ਸਕਦੇ ਜੇ ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਹੁਣ ਵੀਡੀਓ ਨੂੰ ਪਾਉਜ਼ ਕਰਕੇ ਸੋਚ ਕੇ ਦੇਖੋ ਵੀ ਸਟਾਕ ਮਾਰਕੀਟ ਕੀ ਹੈ ਤੁਸੀਂ 2-4 ਮਿੰਟ ਦਾ ਸੈਕਿੰਡ ਲੈ ਲਓ ਤੁਸੀਂ ਪੰਜਾਬੀ ਚ ਵੀ ਨਹੀਂ ਦੱਸ ਸਕਦੇ ਵੀ ਮੈਂ ਪੁੱਛਿਆ ਬੜਾ ਸਟਾਕ ਮਾਰਕੀਟ ਤੁਸੀਂ ਪੰਜਾਬੀ ਚ ਹੀ ਦੱਸ ਦੋ ਕੀ ਆ ਸੋ ਜਦੋਂ ਪੰਜਾਬੀ ਚ ਨਹੀਂ ਪੋਸੀਬਲ ਤੇ ਵੀ ਹ ਸੋ ਉਹਦੇ ਲਈ ਇੰਪਰੂਵ ਕਰਨ ਦੇ ਜਿਹੜੀ ਵੀ ਕਿਸੇ ਵੀ ਨੌਲੇਜ ਆ ਹੁਣ ਬਹੁਤ ਵਰਡਸ ਹੁੰਦੇ ਨੇ ਬਹੁਤ ਨੌਲੇਜ ਆਉਂਦੀ ਆ ਵੀ ਨੌਲੇਜ ਆਈ ਮੀਨ ਟੂ ਸੇ ਵੀ ਬਹੁਤ ਵੱਡਾ ਰੋਲ ਪਲੇ ਕਰਦੀ ਆ ਕਿਸੇ ਵੀ ਆਪਾਂ ਕੰਟਰੀ ਬਾਰੇ ਕਿਸੇ ਕਿਸੇ ਵੀ ਕੰਟੈਂਟ ਕੰਟੈਂਟ ਬਾਰੇ ਤੁਸੀਂ ਪੋਲਿਟੀਕਲ ਦੇਖ ਲਓ ਕੋਈ ਠੀਕ ਆ ਸਾਇੰਸ ਰਿਲੇਟਡ ਦੇਖ ਲਓ ਕੋਈ ਕਿਸੇ ਵੀ ਚੀਜ਼ ਬਾਰੇ ਜੇਕਰ ਤੁਹਾਨੂੰ ਨੌਲੇਜ ਆ ਤਾਂ ਤੁਸੀਂ ਉਹਨੂੰ ਬਹੁਤ ਕੰਫਰਟੇਬਲੀ ਬੋਲ ਲੈਣੇ ਹੋ ਜੇ ਨੌਲੇਜ ਨਹੀਂ ਤਾਂ ਫੇਰ ਹੀ ਆਪਾਂ ਨਰਵਸ ਹੁੰਨੇ ਆ ਫੇਰ ਹੀ ਆਪਾਂ ਆਪਣੇ ਫਲੂਐਂਸੀ ਨਹੀਂ ਆਪਣੇ ਜਿਹੜੇ ਆਪਾਂ ਫਲੋ ਨਹੀਂ ਬੰਦਾ ਬੋਲਣ ਵਿੱਚ ਉਹ ਸਾਰੀਆਂ ਚੀਜ਼ਾਂ ਨੌਲੇਜ ਦੇ ਠੀਕ ਹੈ ਨਾ ਹੁਣ ਇਦਾਂ ਦੇ ਬਹੁਤ ਸਾਰੇ ਆਈਡੀਆਸ ਹੋਣਗੇ ਵੀ ਮੈਂ ਤੁਹਾਨੂੰ ਜਸਟ ਸਟਾਕ ਮਾਰਕਟ ਐਗਜ਼ਾਮਪਲ ਦਿੱਤੀ ਆ ਮੈਂ ਤੁਹਾਨੂੰ ਕੋਈ ਹੋਰ ਚੀਜ਼ ਪੁੱਛ ਲਵਾਂ ਕਾਰਸ ਬਾਰੇ ਪੁੱਛ ਲਾ ਤੁਸੀਂ 2-4 ਮਰੂਤੀ ਵਗੈਰਾ ਕਹਿ ਕੇ ਤੁਸੀਂ ਉਦੋਂ ਬਾਅਦ ਚੁੱਪ ਹੋ ਜਾਣਾ ਵਾ ਪਤਾ ਹੀ ਨਹੀਂ ਜਦੋਂ ਆਪਾਂ ਨੂੰ ਸਪੈਸ਼ਲੀ ਪ੍ਰੋਬਲਮਸ ਕਹਿ ਸਕਦੇ ਵੀ ਓਕੇ ਅਗੇ ਇਹਨੂੰ ਇੰਪਰੂਵ ਕਿਵੇਂ ਕਰਨਾ ਵਾ ਹੁਣ ਇਹਦੇ ਜਿਹੜੇ ਲੱਗ-ਲੱਗ ਵੇਜ਼ ਆ ਇਹਦੇ ਬਹੁਤ ਸਾਰੇ ਵੇਜ਼ ਆ ਤੁਸੀਂ ਇਹਨੂੰ ਜਿਵੇਂ ਆਲੇ-ਦੁਆਲੇ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਤੁਸੀਂ ਉਹਨੂੰ ਅਬਜ਼ਰਵ ਕਰੋ ਆਪਾਂ ਚੀਜ਼ਾਂ ਦੇ ਫੋਕਸ ਨਹੀਂ ਕਰਦੇਗੇ ਜਿੰਨੇ ਪੈਂਪਲੈਂਟ ਲੱਗੇ ਹੁੰਦੇ ਸੜਕਾ ਛੁੜਕਾਂ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਹੁਣ ਇਹਦੇ ਲਈ ਕਿਹੜਾ ਸਭ ਤੋਂ ਬਿਹੜਾ ਵੇ ਮੈਨੂੰ ਵਧੀਆ ਲੱਗਦਾ ਵਾ ਤੁਸੀਂ ਵੀਡੀਓਜ਼ YouTube 'ਤੇ ਤੁਹਾਡੇ ਕੋਲ ਸਾਰੇ ਕੁਝ ਯੂਜ਼ ਕਰਦੇ ਆ ਸੋ YouTube ਨੇ ਇੱਕ ਇੱਕ ਮੈਨਰ ਵਿੱਚ ਯੂਜ਼ ਕਰੋ ਵੀ ਤੁਹਾਡੇ ਲਈ ਉਹ ਹੈਲਪਫੁਲ ਹੋਵੇ ਇੱਕ ਟੂਲ ਦੀ ਤਰ੍ਹਾਂ ਪਰ ਹੁਣ ਤੁਸੀਂ ਕੀ ਕਰ ਸਕਦੇ ਹੋ ਤੁਸੀਂ YouTube 'ਤੇ ਟਰੈਵਲਿੰਗ ਵੀਡੀਓਜ਼ ਦੇਖ ਸਕਦੇ ਹੋ ਟਰੈਵਲਿੰਗ ਵਲੌਗਸ ਪੰਜਾਬੀ ਨਹੀਂ ਦੇਖਣੇਗੇ ਠੀਕ ਆ ਤੁਸੀਂ ਹਿੰਦੀ ਦੇਖੋ ਇੰਗਲਿਸ਼ ਦੇਖੋ ਟਰੈਵਲਿੰਗ ਵਲੌਗਸ ਨਾ ਕੀ ਹੁੰਦਾ ਵਾ ਟਰੈਵਲਿੰਗ ਵਲੌਗਸ ਤੇ ਬਹੁਤ ਸਾਰੇ ਚੈਨਲ ਆ ਤੁਸੀਂ ਸਰਚ ਕਰ ਲਿਓ ਠੀਕ ਹੈ ਟਰੈਵਲਿੰਗ ਵਲੌਗਸ ਇਨ ਹਿੰਦੀ ਪੰਜਾਬੀ ਤੁਹਾਨੂੰ ਜਿਹੜਾ ਵੀ ਥੋੜਾ ਅ ਅਕੋਰਡਿੰਗ ਵਧੀਆ ਲੱਗੇ ਤੁਸੀਂ ਉਹਨੂੰ ਦੇਖ ਲਿਓ ਉਹਨਾਂ ਦੇ ਵਿੱਚ ਉਹਨੂੰ ਮੈਂ ਸਮਝਾਉਣਾ ਵੀ ਮੈਂ ਤੁਹਾਨੂੰ ਟਰੈਵਲਿੰਗ ਵਲੌਗਸ ਦਾ ਕਿਉਂ ਕਹਿ ਰਿਹਾ ਵਾਂ ਫਸਟ ਆਫ ਆਲ ਤੁਹਾਨੂੰ ਨੌਲੇਜ ਮਿਲੂਗੀ ਵੀ ਇਸ ਕੰਟਰੀ ਚਾ ਚੀਜ਼ ਐ ਇਸ ਕੰਟਰੀ ਚਾ ਚੀਜ਼ ਐ ਇੱਥੇ ਇਦਾਂ ਹੁੰਦੀ ਐ ਇੱਥੇ ਇਦਾਂ ਹੁੰਦੀ ਐ ਨਾਲ ਦੀ ਨਾਲ ਤੁਹਾਨੂੰ ਵਰਡਸ ਮਿਲਣਗੇ ਕਿਉਂਕਿ ਹੁਣ ਫੋਰ ਐਗਜ਼ਾਮਪਲ ਆਪਾਂ ਕਹਿੰਦੇ ਆ ਵੀ ਅਸੀਂ ਕੀ ਕਹੋਗੇ ਵੀ 스테ਇਡ ਐਟ ਹੋਟਲ ਜਾਂ ਵੀ ਕੈਨ ਵੀ ਲਿਵਡ ਇਨ ਐ ਹੋਟਲ ਠੀਕ ਹੈ ਨਾ ਜੋ ਵੀ ਆ ਬਟ ਆਪਾਂ ਇਸ ਤੋਂ ਅੱਗੇ ਨਹੀਂ ਜਾਂਦੇ ਬਟ ਜਿਹੜਾ ਹੋਟਲ ਦੇ ਵਿੱਚ ਰਹਿਣ ਦਾ ਜਾਂ ਠਹਿਰਨ ਦਾ ਇੱਕ ਵਰਡ ਹੁੰਦਾ ਹੁੰਦਾ ਚੈੱਕ ਇਨ ਤੁਸੀਂ ਟਰੈਵਲਿੰਗ ਵਲੌਗ ਦੇਖੋਗੇ ਉੱਥੇ ਮੋਸਟਲੀ ਕੀ ਕਹਿੰਦੇ ਆ ਜਿਹੜੇ ਵਲੌਗਰਸ ਹੁੰਦੇ ਨੇ ਜਾਂ ਜਿਹੜੇ ਟਰੈਵਲਰ ਹੁੰਦੇ ਨੇ ਉਹ ਕਹਿੰਦੇ ਨੇ ਵੀ ਚੈੱਕਡ ਇਨ ਵੀ ਅਸੀਂ ਹੁਣੀ ਹੁਣੀ ਚੈੱਕ ਇਨ ਕੀਤਾ ਵਾ ਠੀਕ ਆ ਹਿੰਦੀ ਵਿੱਚ ਜਾਂ ਉਹਦੀ ਇੰਗਲਿਸ਼ ਲੈਂਗੁਏਜ ਜੋ ਵੀ ਇਹਨੇ ਲੈਂਗੁਏਜ ਹੋ ਉਹ ਕਹਿੰਦੇ ਵੀ ਚੈੱਕਡ ਇਨ ਹੁਣ ਜਿਹੜਾ ਵਰਡ ਆ ਇੱਕ ਪਾਸੇ ਇੱਕ ਸਟੂਡੈਂਟ ਕਹਿ ਰਿਹਾ ਵਾ ਵੀ ਹੁਣ ਦੇਖੋ ਵੀ ਜਸਟ ਇੱਕ ਵਰਡ ਆ ਨਾ ਕਿੰਨਾ ਡਿਫਰੈਂਸ ਆਇਆ ਵਾ ਠੀਕ ਹੈ ਨਾ ਨਾਲ ਦੀ ਨਾਲ ਤੁਹਾਨੂੰ ਨੌਲੇਜ ਵੀ ਆਈ ਹੈ ਤੁਹਾਨੂੰ ਮਤਲਬ ਇਹਦੇ ਚ ਡਬਲ ਬੈਨੀਫਿਟ ਹੋਊਗਾ ਵੀ ਤੁਹਾਡੇ ਕੋਲੇ ਨੌਲੇਜ ਵੀ ਆਊਗੀ ਕਿਉਂਕਿ ਵਰਡਸ ਦੀ ਵੋਕੈਬਲਰੀ ਵੀ ਆਊਗੀ ਠੀਕ ਹੈ ਨਾ ਸੋ ਇਹਦਾ ਲਾਸਟ ਆ ਉਹ ਹੈਗੀ ਪ੍ਰੈਕਟਿਸ ਹੁਣ ਪ੍ਰੈਕਟਿਸ ਦਾ ਵੀ ਤੁਸੀਂ ਸਪੀਕਿੰਗ ਕਿਸੇ ਵੀ ਇੰਸਟੀਟਿਊਟ ਲਾ ਕੇ 20 ਮਿੰਟਸ ਜਾਂ 40 ਮਿੰਟਸ ਲਾ ਕੇ ਇਵਨ ਤੁਸੀਂ 1 ਆਰ ਦੇ ਕੇ ਵੀ ਤੁਸੀਂ ਬੈਂਡ ਸਕੋਰ ਨਹੀਂ ਲੈ ਸਕਦੇ ਸਪੀਕਿੰਗ ਵਿੱਚੋਂ ਸੀਰੀਅਸਲੀ ਮੇਰਾ ਐਕਸਪੀਰੀਅੰਸ ਆ ਵੀ ਤੁਸੀਂ ਜੇ ਤੁਸੀਂ ਕਹਿੰਦੇ ਵੀ ਅਸੀਂ ਸਪੀਕਿੰਗ ਕਰਦੇ ਸੀ ਡਬਲ ਸਪੀਕਿੰਗ ਕਰਦੇ ਆ ਸਾ ਤੁਹਾਡੇ ਬੈਂਡ ਸਕੋਰ ਤਾਂ ਵੀ ਨਹੀਂ ਆ ਸਕਦੇਗੇ ਉਹ ਕਿਉਂ ਨਹੀਂ ਉਹਦਾ ਰੀਜ਼ਨ ਇਹ ਆ ਵੀ ਤੁਸੀਂ ਨਾ ਪ੍ਰੈਕਟਿਸ ਨਹੀਂ ਕਰਦੇਗੇ ਹੁਣ ਜਦੋਂ ਆਪਾਂ ਬੋਲਦੇ ਆ ਵੀ ਆਪਾਂ ਹੁਣ ਪੰਜਾਬੀ ਬੋਲਦਾ ਮੈਂ ਪੰਜਾਬੀ ਬੋਲ ਰਿਹਾ ਵਾਂ ਸੋ ਮੈਨੂੰ ਸੋਚਣਾ ਨਹੀਂ ਪੈ ਰਿਹਾ ਵੀ ਮੈਂ ਕੀ ਬੋਲਾਂ ਵੀ ਕਿਹੜਾ ਵਰਡ ਲਾਵਾਂ ਕੀ ਸੀ ਬੋਲਾਂ ਹੈ ਬੋਲਾਂ ਠੀਕ ਆ ਆਵਾਜ਼ ਲਾਵਾਂ ਇਸ ਲਾਵਾਂ ਜਿਵੇਂ ਵੀ ਇੰਗਲਿਸ਼ ਚ ਆਉਂਦਾ ਵਾ ਸੋ ਉਹ ਉਹ ਇੰਪਰੂਵ ਜਿਹੜਾ ਕਰ ਸਕਦੇ ਉਹ ਇੱਕੋ ਇੱਕ ਵੇ ਹੈਗਾ ਉਹ ਪ੍ਰੈਕਟਿਸ ਪ੍ਰੈਕਟਿਸ ਹੁਣ ਕਰਨੀ ਕਿਵੇਂ ਆ ਤੁਸੀਂ ਕਿਉਂ ਕਰ ਲਿਖ ਰਹੇ ਹਾਂ ਠੀਕ ਹੈ ਕ ਵਧੀਆ ਵੇ ਤੁਹਾਨੂੰ ਸਟੋਰੀ ਜਿਆਦਾ ਹੋਣੀ ਹੈ ਤੁਹਾਡੀ ਰਾਈਟਿੰਗ ਇੰਪਰੂਵ ਹੁੰਦੀ ਤੁਹਾਡੀ ਸਟਰਕਚਰ ਇੰਪਰੂਵ ਹੁੰਦੀ ਗ੍ਰਾਮਰ ਇੰਪਰੂਵ ਹੁੰਦੀ ਆ ਠੀਕ ਹੈ ਬਟ ਤੁਸੀਂ ਉਹਨੂੰ ਬੋਲ ਕੇ ਦੇਖਣਾ ਵਾ ਪ੍ਰੈਕਟਿਸ ਦੇ ਬਹੁਤ ਵੇਸ ਨੇ ਤੁਸੀਂ ਕਿਸੇ ਤੇ ਡਿਪੈਂਡੈਂਟ ਰਹੋਗੇ ਤੁਸੀਂ ਕਿਸੇ ਨਾਲ ਕਰੋਗੇ ਮੈਂ ਸਪੀਕਿੰਗ ਕਰ ਲਾਂ ਉਹ ਪੋਸੀਬਲ ਨਹੀਂਗਾ ਠੀਕ ਹੈ ਨਾ ਤੁਸੀਂ ਅਗਲੇ 2-4 ਦਿਨ ਮੈਂਡ ਕਰਦਾ ਉਦੋਂ ਬਾਅਦ ਓਕੇ ਫਿਨਿਸ਼ ਠੀਕ ਹੈ ਨਾ ਸੋ ਤੁਸੀਂ ਪ੍ਰੈਕਟਿਸ ਕਿਵੇਂ ਕਰ ਸਕਦੇ ਹੋ ਜਿਵੇਂ ਤੁਹਾਨੂੰ ਮੈਂ ਅੱਗੇ ਸਟਾਰਟਿੰਗ ਵਿੱਚ ਦੱਸ ਕੇ ਹਟਿਆ ਆਂ ਇਸ਼ਲੀ ਵੀ ਤੁਸੀਂ ਖੁਦ ਨਾਲ ਗੱਲਾਂ ਕਰੋ ਕੁਝ ਵੀ ਕਰ ਰਹੇ ਠੀਕ ਹੈ ਨਾ ਹੁਣ ਬੇਸ਼ੱਕ ਮੈਂ ਵੀਡੀਓ ਇਹ ਪੰਜਾਬੀ ਚ ਬੋਲ ਰਿਹਾ ਮੈਂ ਬਟ ਮੇਰੇ ਮਾਈਂਡ ਵਿੱਚ ਆਲਰੇਡੀ ਇਹ ਚੀਜ਼ ਪ੍ਰਿਪੇਅਰਡ ਸੀ ਵੀ ਜੇ ਮੈਂ ਇੰਗਲਿਸ਼ ਚ ਬੋਲਾਂ ਤੇ ਉਹਨੂੰ ਕਿਵੇਂ ਬੋਲੂਗਾ ਠੀਕ ਹੈ ਨਾ ਬਹੁਤ ਸਾਰੀਆਂ ਲਾਈਨਾਂ ਮੈਂ ਬਣਾ ਕੇ ਰੱਖੀਆਂ ਹੋਈਆਂ ਸੀਗੀਆਂ ਸੋ ਮੈਂ ਆਲਵੇਜ਼ ਇਦਾਂ ਕਰਦਾ ਮੈਂ ਕਿਤੇ ਵੀ ਜਾਣਾ ਵੀ ਮੈਨੂੰ ਕੋਈ ਬੰਦੇ ਨੇ ਕੁਝ ਕੁਐਸਚਨ ਪੁੱਛ ਲਿਆ ਜਾਂ ਮੈਨੂੰ ਕੁਝ ਉਹਦਾ ਰਿਪਲਾਈ ਕਰਨਾ ਪਿਆ ਗਿਆ ਸੋ ਮੈਂ ਉਹਨੂੰ ਰਿਪਲਾਈ ਨੂੰ ਕਿਵੇਂ ਕਰੂੰਗਾ ਸੋ ਬੇਸ਼ੱਕ ਮੈਂ ਉਹਨੂੰ ਜਾ ਕੇ ਇੰਗਲਿਸ਼ ਨਾਲ ਬੋਲਾਂ ਉਥੇ ਮੈਂ ਪੰਜਾਬੀ ਬੋਲਦਾ ਬਟ ਕੀ ਆ ਵੀ ਮੇਰੇ ਮਾਈਂਡ ਚ ਉਹ ਚੀਜ਼ ਪ੍ਰਿਪੇਅਰਡ ਹੁੰਦੀ ਕਲਾਸ ਬੋਲਦਾ ਜਦੋਂ ਕਿਤੇ ਵੀ ਸਪੀਕਿੰਗ ਜਾਂ ਕੁਝ ਵੀ ਆ ਸੋ ਮੈਨੂੰ ਬਹੁਤ ਸੋਚਣਾ ਨਹੀਂ ਪੈਂਦਾਗਾ ਠੀਕ ਹੈ ਨਾ ਮੇਰੀ ਕਿਉਂਕਿ ਉਹ ਪ੍ਰੈਕਟਿਸ ਹੋਈ ਵੀ ਆ ਇਹਨਾਂ ਥੋੜੀ ਜਦੋਂ ਤੁਸੀਂ ਵਾਰ-ਵਾਰ ਬੋਲੋਗੇ ਤੁਹਾਡਾ ਜਿਹੜਾ ਕੀ ਆ ਤੁਹਾਨੂੰ ਸਟਰਕਚਰ ਸੈਂਟੈਂਸ ਫਾਰਮੇਸ਼ਨ ਆਉਗੂਗੀ ਦੀ ਲਾਈਨਾਂ ਕਿਵੇਂ ਬਣਾਉਣੀਆਂ ਵਾ ਤੁਹਾਡੇ ਜਿਹੜਾ ਸੋਚਣਾ ਨਾ ਆਪਾਂ ਸੋਚਣ ਦੇ ਜ਼ਿਆਦਾ ਟਾਈਮ ਲਾਦੈ ਨੇ ਤੁਹਾਨੂੰ ਸੋਚਣਾ ਨਹੀਂ ਜ਼ਿਆਦਾ ਪਿਆ ਕਰਨਾ ਠੀਕ ਹੈ ਨਾ ਤੁਹਾਨੂੰ ਜ਼ਿਆਦਾ ਸੋਚਣਾ ਨਹੀਂ ਪੈਣਾ ਤੁਹਾਡੇ ਕੋਲੇ ਫਲੋ ਹੋਊਗਾ ਤੁਹਾਡੇ ਮਤਲਬ ਉਹ ਤੁਸੀਂ ਆਪਣੇ ਮੂੰਹ ਵਿੱਚੋਂ ਵਰਡ ਨਿਕਲਦੇ ਆ ਠੀਕ ਹੈ ਨਾ ਸੋ ਤੁਸੀਂ ਪ੍ਰੈਕਟਿਸ ਕਿਵੇਂ ਕਰਨੀ ਹੈ ਵੀ ਕਿਤੇ ਵੀ ਜਾ ਰਹੇ ਹੋ ਕੁਝ ਵੀ ਦੇਖ ਲਿਆ ਉਹਨੂੰ ਟ੍ਰਾਂਸਲੇਟ ਕਰ ਲਓ ਇੰਗਲਿਸ਼ ਵਿੱਚ ਕੁਝ ਲਿਖਿਆ ਉਹਨੂੰ ਟ੍ਰਾਂਸਲੇਟ ਕਰ ਲਓ ਇੰਗਲਿਸ਼ ਕਿਸੇ ਨੂੰ ਕੁਝ ਗੱਲ ਕਹਿਣੀ ਆ ਆਪਣੇ ਘਰੇ ਜਾਣਾ ਵਾ ਸੋ ਹਰ ਸਟੋਰੀ ਨੂੰ ਪਹਿਲਾਂ ਮਾਈਂਡ ਚ ਪ੍ਰੀਪੇਅਰ ਕਰੋ ਇਹ ਜਦ ਨਾਲ ਕੀ ਹੈ ਕਿ ਤੁਹਾਡਾ ਕੌਨਫੀਡੈਂਸ ਵੀ ਇੰਪਰੂਵ ਹੋ ਕੌਨਫੀਡੈਂਸ ਕਿਵੇਂ ਬੂਸਟ ਹੋਗਾ ਵੀ ਤੁਹਾਡੇ ਕੋਲੇ ਜਦੋਂ ਆਪਾਂ ਸਪਿੰਗ ਕਰਦੇ ਆ ਆਪਾਂ ਨੂੰ ਗਲਤੀਆਂ ਦੱਸਦੇ ਆ ਆਪਾਂ 2 ਕੁ ਮਿੰਟ ਹੋ ਕੇ ਬਾਅਦ ਫਰਸਟ੍ਰੇਟ ਹੋ ਕੇ ਬਾਅਦ ਬੰਦ ਕਰ ਦਿੰਦੇ ਬਟ ਤੁਸੀਂ ਜਦੋਂ ਖੁਦ ਨਾਲ ਗੱਲਾਂ ਕਰੋਗੇ ਤਾਂ ਤੁਹਾਨੂੰ ਕੋਈ ਰੋਕਣ ਵਾਲਾ ਨਹੀਂ ਹੋਊਗਾ ਜੋ ਮਰਜ਼ੀ ਬ ਤੁਸੀਂ ਜਿਹੜੀ ਮੇਰੇ ਤਿੰਨ ਸਟੈਪਸ ਦੱਸਿਆ ਹੋਰ ਵੀ ਬਹੁਤ ਕੁਸ਼ਲ ਆਪਾਂ ਅੱਗੇ ਕਿਸੇ ਵੀਡੀਓ ਵਿੱਚ ਡਿਸਕਸ ਕਰ ਲਾਂਗੇ ਤੁਸੀਂ ਹੁਣ ਮੈਂ ਤੁਹਾਨੂੰ ਕਹਿੰਦਾ ਵੀ ਆਪ ਮੈਂ ਤਿੰਨ ਸਟੈਪਸ ਦੱਸਿਆ ਤੁਹਾਡੇ ਵੀ ਇਹ ਕਰਕੇ ਤੁਹਾਡੇ 7 ਆ ਜਾਣਗੇ ਨਹੀਂ ਤੁਸੀਂ ਇਹ ਥੋੜਾ ਜਿਹਾ ਓਵਰਨਾਈਟ ਨਹੀਂ ਕੁਝ ਵੀ ਹੋਣ ਲੱਗਾ ਥੋੜਾ ਜਿਹਾ ਪ੍ਰੈਕਟਿਸ ਕਰੋ ਠੀਕ ਹੈ ਨਾ ਤੁਸੀਂ ਡੈਫੀਨਿਟਲੀ 6 ਪਲੱਸ ਆਉਂਗੇ ਤੁਹਾਡੇ 6 7 ਵੀ ਆ ਸਕਦੇ ਆ ਰਾਮ ਨਾਲ ਆ ਸਕਦੇ 7 ਪਲੱਸ ਵੀ ਆ ਸਕਦੇ ਆ ਠੀਕ ਹੈ ਨਾ ਉਹ ਤੁਹਾਡੇ ਤਾਂ ਤੁਸੀਂ ਕਿੰਨੇ ਪ੍ਰੈਕਟਿਸ ਕਰਦੇ ਹੋ ਕਿੰਨਾ ਤੁਸੀਂ ਉਹਨੂੰ ਆਫ ਦਾ ਟਾਈਮ ਦਿੰਨੇ ਹੋ ਸੋ ਇਹ ਸਾਰੀਆਂ ਚੀਜ਼ਾਂ ਸੀਗੀਆਂ ਹੋਰ ਜੇ ਕੁਝ ਰਹਿ ਗਿਆ ਹੋ ਗਿਆ ਤਾਂ ਮੈਨੂੰ ਤੁਸੀਂ ਪਰਸਨਲੀ ਮੇਰਾ ਇੰਸਟਾਗ੍ਰam ਤੇ ਜਾਂ ਮੈਨੂੰ ਵਟਸਐਪ ਕਰਕੇ ਕੰਟੈਕਟ ਕਰ ਲਿਓ ਬਾਕੀ ਸਾਰਿਆਂ ਦਾ ਥੈਂਕ ਯੂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵੀਡੀਓ ਬੜੇ ਲਗੀ ਇਨਫੋਰਮੇਟਿਵ ਲੱਗੀ ਤੇ ਨਾਲੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸਾਰਿਆਂ ਦਾ ਕਾਦੇ ਬਦ